बाकी जाज भाई आज बहुत गर्मी है बाहर, हकीकत है ना। मैं कहना हूँ बोतल पिलाइए, सुकून आया। हलीमा सा दिया, पापा जाऊ मैं नहीं अभी जाऊ। मैं उनको एस्टीमेट बाहर ला के कमरे कुमर का, उस तो बाद अंदर मशरा दे के फिर जावांगा। माशाल्लाह फ्रंट पता की है, पिछो बैग भावे जिम्मे मर्जी कमरे कमरे हो, सिर्फ भावे कोठी ना नक्शा हो, फ्रंट अगू जेड़ा ना कोठी का नक्शा होना चाहिए सोहना जी। प्लाट उत्ते होगा बिलकुल, यानी कि ना सात एक मरले छे मरले छत्ती जाव ना थले थले उत्ते फिर कोठी दे नक्शा होना। चार ने वाके 1 2 3 4 पंखा भी जेड़ा ना सानू बड़ी सोलह लाइट चली जाती है। ख्याल कर मैं आया बस दोपहर को, चलो मैं बाहर थोड़ा जा ना चेकिंग कर लवा तेरे गार्डन दी उरा पर फिर बहने। बंद कर दिता दूसरा कहंदे ने सारी कहंदा काम बंद करता था मैं ज्यादातर था चलो कराने दुकान की समान फिर किधर रखेगा। मैं काम करन लगया के जेड़ा वड्डा कमरा है एमी उबुरन दे देना ते परला जेड़ा किचन है अली ते किचन नहीं बनाना ओंदे वे जेड़ा कच्चे किचन है समान पया ना ओ समान उधर रख लेना उधर शिफ्ट कर दे जेड़ा एमी उबुरन समान पयो है ओ इस कमरे दे वे जेड़ा रख लेना और जेड़ा मैं किराने दी दुकान वगैरह जेड़ी बनाऊंगा क्योंकि काफी सारी जेड़ी परेशानियां आंदी हैं घर दे खर्चे वगैरह काफी सारे उधरों निकलते रहनगे माशाल्लाह जी दुकान जेड़ी ना किराने वाली बन गई ना सारा खर्चा वगैरह जेड़ा ना उधरों घर दा निकलता रहे इधर जेड़ा माशाल्लाह अच्छी सोच है बहुत ही अच्छी सोच है यार ओ मतलब कि इत्थे बरांडे वगैरह खन जेड़ा ना सेविंग करांगे कुछ साल एक उस तो बाद जेड़ा बरांडे दा काम जेड़ा ना ओ शुरू करांगे। दुकान बनानी है जरूरी है क्योंकि चैनल खारे किन्ने दिन चलदे ने हुण आ वेखा 4-5 दिन जेड़ा स्टे रहया हकीकत कितना नुकसान है तुहाडा मतलब दूसरी चाह पत्ती साबण वगैरा हो गए ने ਉਹ ਨਾਲ ਕਿਰਾਨੇ ਨੂੰ ਦੇ ਜਾਂਦੇ ਨੇ ਵਾਹ ਦੋਸਤ ਹੈਗੇ ਨੇ ਉਹ ਤੈਨੂੰ ਦਵਾ ਦੇਵਾਂਗਾ ਬਾਕੀ ਚੀਨੀ ਘੀ ਵਾਲਾ ਉਹ ਮੇਰਾ ਸਿਸਟਮ ਕੋਈ ਨਹੀਂ ਹੈਗਾ ਉਹ ਬੜੇ ਪੈਸੇ ਨਾਲ ਉਹ ਨਗਦ ਲੈ ਲਵਾਂਗੇ ਜੇ ਸਿੱਧੀ ਹੈਗੀ ਜਿਹੜੀ ਮੇਰੀ ਹੈਗੀ ਅਲਬ ਉਹ ਬਰਾਦੀ ਮੈਂ ਕਰਾਂਗੇ ਇਨਸ਼ਾ ਅੱਲਾਹ ਇੱਕ ਦੋ ਕਿਤੇ ਗਿਓ ਦੇ ਲੈ ਲਵਾਂਗੇ ਨਾਲ ਜਿਹਨੂੰ ਖਾਣ ਪੱਤੀ ਬਾਰੇ ਵਾਸਤਾ ਸਮਝਦਾ ਕਰ ਲੇਗਾ ਇਹ ਤਾਂ ਕਹਿੰਦੀ ਸੋਚ ਹੈ ਨਾ ਪਹਿਲੇ ਤਾਂ ਆ ਇਹਨਾਂ ਦੋਵਾਂ ਕਮਰੇ ਦੀ ਛੱਤਾਂ ਪਵਣਗੀਆਂ ਉਹਦਲਾ ਸਮਾਨ ਇੱਥੇ ਆਵੇਗਾ ਤਾਂ ਦੁਕਾਨ ਫੇਰ ਦੁਕਾਨ ਪਵੇਗੀ ਇਹ ਤੇਰੇ 2 ਮਹੀਨੇ ਦੀ ਅਰਨਿੰਗ ਨਾਲ ਇੱਕ ਕਮਰੇ ਦੀ ਛੱਤ ਪੈਣੀ ਇਹ ਗੱਲ ਵੀ ਜ਼ਿਹਨ ਚ ਰੱਖੀ ਪੱਕੀ ਗੱਲ ਉਹ ਮਿਚੋਰ ਹੈ ਕਸਮ ਵਾਲੀ ਗੱਲ ਕਿਉਂਕਿ ਨਾ ਖਾਵੇ ਤਾਂ ਫਿਰ ਖਾਵੇਗਾ ਕਿਤੋਂ ਫਿਰ ਦੱਸ ਨਾ ਹਾਂ ਮਾਲ ਅੱਲਾ ਖੈਰ ਕਰੇਗਾ ਇਨਸ਼ਾਅੱਲਾ ਪਰੇਸ਼ਾਨੀ ਲੈਣ ਨਾਲ ਤਾਂ ਫਿਰ ਨਹੀਂ ਨਾ ਮਸਲੇ ਹੱਲ ਹੁੰਦੇ ਹਾਂ ਤੇ ਪਰੇਸ਼ਾਨ ਨਾ ਅੱਲਾ ਪਾਕ ਸਭ ਅੱਛੀਆਂ ਕਰੇਗਾ ਇਨਸ਼ਾਅੱਲਾ ਸਾਰਾ ਕੁਝ ਨਹੀਂ ਇਤਨਾ ਕੁਝ ਹੋ ਗਿਆ ਹਕੀਕਤ ਨਾਲ ਬੜਾ ਖੁਸ਼ ਹੋ ਗਿਆ ਜਿਹੜਾ ਇਹ ਕਮਰਾ ਬਣ ਗਿਆ ਬਾਕੀ ਨਾਲ ਆ ਕਮਰਾ ਤੇ ਜਿਹੜਾ ਆ ਨਾ ਇਹ ਢਾਹ ਦੇ ਯਾਰ ਹੈ ਤਾਂ ਬੜਾ ਬੁਰਾ ਲੱਗਦਾ ਪਿਆ ਹਕੀਕਤ ਦੇਖੋ ਨਾ ਦੋਰੋ ਇੱਕ ਤਾਂ ਕਾਲਕ ਜੀ ਨਾਲ ਇੱਥੇ ਤੁਸੀਂ ਮਤਲਬ ਚੁੱਲ੍ਹਾ ਲਾਈ ਰੱਖਿਆ ਤੇ ਕਾਲਕ ਜੀ ਕਿੰਨੀ ਪੈੜੀ ਲੱਗ ਰਹੀ ਵਾਸ਼ਿੰਗ ਮਸ਼ੀਨ ਜਿਹੜੀ ਨਵੀਂ ਅੰਦਰ ਪਈ ਆ ਫ੍ਰੀਜ਼ਰ ਪਿਆ 4 ਮੰਜੇ ਜਿਹੜੇ ਹੈਗੇ ਨਾ ਨਵੇਂ ਇਧਰ ਅੰਦਰ ਪੈਣ ਇਹਦੇ ਅੰਦਰ ਪੈਣ ਬੇਗਮ ਦੀਆਂ ਚੀਜ਼ਾਂ
ਮੁੜ ਤੂੰ ਕਰਨਾ ਹੀ ਭਾਈ ਤੂੰ ਨਾ ਕਰਨੀ ਵਾਕਈ ਦੁਕਾਨ ਵਾਲਾ ਫ੍ਰੀਜ਼ਰ ਇਹਦੇ ਵਿੱਚ ਪਿਆ ਦੁਕਾਨ ਵਾਲਾ ਫ੍ਰੀਜ਼ਰ ਵੀ ਕੱਪੜੇ ਲੀੜੇ ਵਾਸ਼ਿੰਗ ਮਸ਼ੀਨ ਵੀ ਆਟਾ ਵੀ ਗੱਲੇ ਵੀ ਸਾਰਾ ਸਿਸਟਮ ਅੰਦਰ ਚਾਰ ਮੰਜੇ ਉਹ ਥੱਲੇ ਕੁਰਸੀਆਂ ਵੀ ਸੋਫੇ ਛੋਟੇ ਪਏ ਨੇ ਉਹੀ ਨਾ ਚਲੋ ਬਾਕੀ ਅੱਲਾ ਖੈਰ ਕਰੇਗਾ ਛੱਤ ਪਵੇਗੀ ਨਾ ਇੱਕ ਕਮਰੇ ਦੇ ਵਿੱਚ ਇਹ ਰੱਖਾਂਗੇ ਇੱਕ ਕਮਰੇ ਦੇ ਵਿੱਚ ਇਹ ਛੋਟੇ ਕਮਰੇ ਇਹ ਇੱਕ ਕਮਰਾ ਹੀ ਇੱਕ ਵਾਰੀ ਬਣਾ ਲੈ ਇਹ ਛੋਟਾ ਕਮਰਾ ਹੀ ਬਣਾ ਲੈ ਇੱਕ ਵਾਰੀ ਬਣਾ ਲੈ ਕਮਰਾ ਹੀ ਬਾਕੀ ਜਦੋਂ ਇਹ ਢਾ ਦਿੱਤਾ ਇਹ ਇਧਰਲਾ ਸਮਾਨ ਸ਼ਿਫਟ ਇੱਧਰ ਕਰਕੇ ਨੇ ਜਾਂ ਤੇ ਇਹ ਜੋ ਢਹਿ ਗਿਆ ਫਿਰ ਵੇਖ ਲਈ ਇਸ ਸਾਈਡ ਤੇ ਮਤਲਬ ਇਹ ਵਾਸ਼ਰੂਮ ਬਣਾਉਣਾ ਜਾਂ ਇਸ ਸਾਈਡ ਤੇ ਮੇਰੇ ਖਿਆਲ ਇਸ ਸਾਈਡ ਤੇ ਵਾਸ਼ਰੂਮ ਬਣਾ ਲਾ ਇਸ ਸਾਈਡ ਤੇ ਵਾਸ਼ਰੂਮ ਬਣਾ ਲਈ ਤੇ ਇੱਥੇ ਜਿਹੜਾ ਕਿਚਨ ਬਣਾ ਲਈ ਇਸ ਦੇ ਨਾਲ ਕਿਉਂਕਿ ਸਾਹਮਣੇ ਫਿਰ ਨਾ ਕਿਚਨ ਠੀਕ ਰਹੇ ਵੇਲੇ ਹੋ ਜਾਣਾ ਛੱਤਾਂ ਵਗੈਰਾ ਪਾਏ ਗਈਆਂ ਫਿਰ ਅੰਦਰ ਜਦੋਂ ਆਵਾਂਗੇ ਇਹ ਦੂਦਰ ਨਕਸ਼ਾ ਵਕਤੀ ਤੌਰ ਜ਼ੇਨ ਤੇ ਕੋਈ ਹੁਣ ਸੋਚਾਂਗੇ ਵਕਤੀ ਤੌਰ ਕੁਝ ਹੋਰ ਆਂਦਾ ਵਾਕਈ ਪਹਿਲੇ ਆ ਕੰਪਲੀਟ ਹੋ ਲਵੇ ਬਾਕੀ ਮਾਸ਼ਾਅੱਲਾ ਕੰਪਲੀਟ ਹੋ ਹੀ ਜਾਵੇਗਾ ਇਨਸ਼ਾਅੱਲਾ ਤਕਰੀਬਨ 4000 ਰੇਟ ਲੱਗ ਜਾਣੀ 4000 ਅੱਜ ਦੇਖੇ ਨਾ ਕਿਉਂਕਿ ਆ ਦੀਵਾਰ ਵੀ ਹਾਲੇ ਤੀਕਰ ਰਹਿੰਦੀ ਕਾਫੀ ਆ ਮੁਕੰਮਲ ਕਰਨ ਵਾਲੀ ਬਾਕੀ ਉੱਪਰ ਰਹਿੰਦੇ ਨੇ 6-7 ਵਾਰ 4 ਲੱਗ ਜਾਣੀ ਪੱਕੀ ਤੇ ਤਕਰੀਬਨ 2.5-3 ਲੱਖ ਦਾ ਜਿਹੜਾ ਸਮਾਨ ਹੈ ਮਤਲਬ ਉੱਪਰ ਲਾ ਜਿਹੜਾ ਅੱਛਾ ਟੈਲਾਂ ਤੇ ਆਪਣਾ ਗਰਮੀ ਵਾਕਈ ਬਹੁਤ ਜ਼ਿਆਦਾ ਹੈ ਪਸੀਨਾ ਆ ਮੈਨੂੰ ਵੀ ਪਸੀਨਾ ਆ ਗਿਆ ਉਹ ਤਾਂ ਹੀ ਅੰਦਰ ਬੈਠੇ ਰਹੇ ਤੇ ਮਸ਼ਵਰਾ ਵਗੈਰਾ ਬਾਕੀ ਅੱਲਾ ਖੈਰ ਕਰੇਗਾ ਤੇਰਾ ਵੀ ਇਹ ਮੋਟਰਸਾਈਕਲ ਲੀਕ ਹੋ ਰਿਹਾ ਥੱਲੋਂ ਆਇਲ ਤੇ ਹੋ ਇਹਦਾ ਵੀ ਰਿਹਾ ਦੇਖੋ ਨਾ ਹਾਂਜੀ ਤੇਰਾ ਵੀ ਲੀਕ ਹੋ ਰਿਹਾ ਵੇਖ ਮਜ਼ੇ ਦੀ ਗੱਲ ਤੇ ਦੂਸਰਾ ਵੀ ਹੋ ਰਿਹਾ ਜ਼ਿਆਦਤੀ ਹੈ ਰੋਲਾ ਤੇ ਕੋਈ ਨਹੀਂ ਦੋਵਾਂ ਦੀ ਹਾਲਤ ਇੱਕੋ ਜਿਹੀ ਹੋਈ ਪਈ ਚਲੋ ਚੜ ਕਿਹੜਾ ਵਿਰਾਜਮਾਨ ਕੋਈ ਨੀ ਅੱਲਾ ਖੈਰ ਕਰੇਗਾ ਇਨਸ਼ਾਅੱਲਾ ਸਾਰੇ ਕੰਮ ਕੰਪਲੀਟ ਹੋ ਜਾਣ ਤੇ ਗਾਬਰਿਆ ਨਾ ਕਰ ਮਾਸ਼ਾਅੱਲਾ ਵੇਖਣ ਕਿੱਡੀ ਸੋਹਣੀ ਲੈਣ ਲੱਗ ਰਹੀ ਦੋ ਕਮਰਿਆਂ ਦੀ ਦੇਖ ਮਾਸ਼ਾਅੱਲਾ ਜਦੋਂ ਅੱਗੂ ਬਰਾਂਡਾ ਮਾਸ਼ਾਅੱਲਾ ਬਣ ਗਿਆ ਕਿਤਨੀ ਖੂਬਸੂਰਤ ਹੋਵੇਗੀ ਯਾਨੀ ਕਿ ਤੂੰ ਸਟੇਪ ਬਾਏ ਸਟੇਪ ਨਾ ਇੱਥੇ ਮਤਲਬ ਉਹ ਵੀ ਬਣਾਵੀ ਦੂਸਰੇ ਕੀ ਉਹਨੂੰ ਕਹਿੰਦੇ ਨੇ ਪਿੱਲਰ ਵਿੱਚ ਕਮਰਿਆਂ ਦੇ ਬਰਾਬਰ ਇਹਨਾਂ ਨੂੰ ਛੱਤੀ ਇਹਨਾਂ ਦੇ ਬਰਾਬਰ ਹੀ ਠੀਕ ਹੈ ਨਾ ਹਾਂ ਬਰਾਬਰ ਬਿਲਕੁਲ ਲੈਣ ਹੋਵੇ ਤੇ ਫਿਰ ਅੱਗੇ ਬਰਾਂਡੇ ਬਣ ਜਾਣਗੇ ਮਾਸ਼ਾਅੱਲਾ ਬੜੀ ਖੂਬਸੂਰਤੀ ਬਣ ਜਾਵੇਗੀ ਬਾਕੀ ਤੇ ਪਸੀਨਾ ਬਹੁਤ ਆ ਰਿਹਾ ਯਾਰ ਅੰਦਰ ਬਈਏ ਬਾਕੀ ਜਾਦ ਬਾਈ ਅੱਜ ਬਹੁਤ ਗਰਮੀ ਆ ਬਾਹਰ ਹਕੀਕਤ ਨਾ ਮੈਂ ਕਹਿੰਦਾ ਹੁਣ ਬੋਤਲ ਪਿਲਾਈਏ ਸਕੂਨ ਆਇਆ ਮੈਂ ਨਹੀਂ ਅਭੀ ਜਾਊ ਮੈਂ ਹੁਣ ਐਸਟੀਮੇਟ ਬਾਹਰ ਲਾ ਕੇ ਕਮਰਿਆਂ ਕੁਮਰਿਆਂ ਦਾ ਉਸ ਤੋਂ ਬਾਅਦ ਤੁਹਾਨੂੰ ਅੰਦਰ ਮਸ਼ਰਾ ਦੇ ਕੇ ਤੇ ਫਿਰ ਜਾਵਾਂਗਾ ਮਾਸ਼ਾਅੱਲਾ ਫਰੰਟ ਪਤਾ ਕੀ ਹੈ ਪਿੱਛੋਂ ਬੈਗ ਭਾਵੇਂ ਜਿਵੇਂ ਮਰਜ਼ੀ ਕਮਰੇ ਕਮਰੇ ਹੋਣ ਸਿਰਫ ਭਾਵੇਂ ਕੋਠੀ ਦਾ ਨਾ ਨਕਸ਼ਾ ਹੋਵੇ ਫਰੰਟ ਅੱਗੂ ਜਿਹੜਾ ਨਾ ਕੋਠੀ ਦਾ ਨਕਸ਼ਾ ਹੋਣਾ ਚਾਹੀਦਾ ਸੋਹਣਾ ਜਿਹਾ ਪਲਾਟ ਉੱਤੇ ਹੋਏਗਾ ਬਿਲਕੁਲ ਇਹ ਗੱਲ ਯਾਨੀ ਕਿ ਨਾ 7 ਮਰਲੇ 6 ਮਰਲੇ 36 ਜਾਵਣ ਥੱਲੇ ਥੱਲੇ ਉੱਤੇ ਫਿਰ ਕੋਠੀ ਦੇ ਨਕਸ਼ਾ ਹੋਣਾ ਚਾਰ ਨੇ ਵਾਕੇ 1, 2, 3, 4 ਹਕੀਕਤ ਹੈ ਸੁਬਹ ਸੁਬਹ ਦਾ ਭੁਗਤਾਨ ਭੁਗਤਾ ਕੇ ਤੇ ਮੈਂ ਆਖਿਆ ਲਾਜ਼ਮੀ ਜਾਣਾ ਉਹੀ ਨਾ ਫਿਰ ਬਾਕੀ ਮੈਂ ਹੁਣ ਬਿਠਾ ਕੇ ਆਇਆ ਸਾਨੂੰ ਉੱਥੇ ਹੀ ਹੈ ਤੇ ਸਾਨੂੰ ਖਿਆਲ ਕਰਦੇ ਮੈਂ ਆਇਆ ਬਸ ਦੁਪਹਿਰ ਨੂੰ ਕੋਈ ਨਹੀਂ ਚਲੋ ਮੈਂ ਬਾਹਰ ਥੋੜ੍ਹਾ ਜਿਹਾ ਨਾ ਚੈਕਿੰਗ ਕਰ ਲਵਾਂ ਤੇਰੇ ਗਾਰਡਨ ਦੀ ਉਰਾਂ ਪਰਾਂ ਫਿਰ ਬਹਿੰਦੇ ਹਾਂ ਬਾਕੀ ਜਿਸ ਤਰ੍ਹਾਂ ਇਜਾਜ਼ ਕਹਿ ਰਿਹਾ ਸੀ ਨਾ ਵੀ ਆਹ ਛੱਤਾਂ ਵਗੈਰਾ ਯਾਨੀ ਕਿ ਨਾ ਇਹ ਛੱਤੀ ਹੈਗੀ ਇਹ ਵਾਲਾ ਕਮਰਾ ਉੱਪਰੋਂ ਛੱਤ ਪੈ ਗਈ ਅਤੇ ਅੰਮੀ ਅੱਬੂ ਉਰਾਂ ਦਾ ਸਮਾਨ ਜਿਹੜਾ ਇਸ ਕਮਰੇ ਜੋੜ ਦੇਗਾ
ਤੇ ਜਿਹੜਾ ਇਸ ਕਮਰੇ ਛੋਟੇ ਵਿੱਚ ਪਿਆ ਛੋਟਾ ਜਿਹਾ ਇਹਨਾਂ ਦਾ ਕਿਚਨ ਹੈਗਾ ਸੀ ਪਹਿਲੇ ਇਹਦਾ ਸਮਾਨ ਚੁੱਕ ਕੇ ਤੇ ਇਸ ਕਮਰੇ ਰੱਖ ਦੇਣਗੇ ਯਾਨੀ ਕਿ ਤੇ ਫਿਰ ਇਹਨੂੰ ਉਟਾ ਦੇਣਗੇ ਬਹੁਤ ਬੁਰਾ ਲੱਗ ਰਿਹਾ ਅੱਗੇ ਨਾ ਸੇਨ ਦੇ ਵਿੱਚ ਕਿਉਂਕਿ ਇਤਨੇ ਖੂਬਸੂਰਤ ਕਮਰੇ ਪੈ ਜਾਣੇ ਤੇ ਫਿਰ ਇਹ ਬਹੁਤ ਬੁਰਾ ਲੱਗੇਗਾ ਤੇ ਡੋਗੀ ਵੀ ਕਰ ਰਿਹਾ ਅੰਦਰ ਆਰਾਮ ਬਾਕੀ ਲੋਕੇਸ਼ਨ ਮਾਸ਼ਾਅੱਲਾ ਬਹੁਤ ਪਿਆਰੀ ਬਣਾਈ ਹੋਈ ਇਜਾਜ਼ ਨੇ ਵੀ ਬਾਈ ਨਵਾਜ਼ ਰਿਤੂ ਨਾ ਇਹ ਛੋਟਾ ਜਿਹਾ ਪਾਰਕ ਹੈਗਾ ਨਵਾਜ਼ ਦਾ ਮਾਸ਼ਾਅੱਲਾ ਸਹੀ ਹੈਗਾ ਥੋੜ੍ਹਾ ਜਿਹਾ ਉਹ ਪਹਿਲੇ ਤਾਂ ਫਿਰ ਬਣਿਆ ਹੋਇਆ ਹੈ ਉਹ ਵੀ ਇੰਨਾ ਕੀ ਅਤੇ ਉਹਦੇ 'ਚ ਪੌਦਾ ਜ਼ਿਆਦਾ ਲੱਗੀ ਉਹਨੂੰ ਮਾਸ਼ਾਅੱਲਾ ਅਤੇ ਇਸ 'ਚ ਥੋੜ੍ਹੇ ਕੰਮ ਹੈਗੇ ਲੇਕਿਨ ਇਹ ਵੀ ਖੂਬਸੂਰਤ ਹੈਗਾ ਬਹੁਤ ਬਹੁਤ ਹੀ ਜ਼ਿਆਦਾ ਖੂਬਸੂਰਤ ਹੈ ਇਹਨੇ ਦਰਖਤ ਵੱਡੇ ਲਾਏ ਨੇ ਉਹਨੇ ਵੀ ਯਾਨੀ ਕਿ ਨਾ ਪਹਿਲੇ ਛਾਂ ਬਣ ਜਾਵੇ ਬੱਚਿਆਂ ਵਾਸਤੇ ਕਿਉਂਕਿ ਹੋਰ ਦਰਖਤ ਹੈ ਕੋਈ ਨਹੀਂ ਬਾਕੀ ਮਾਸ਼ਾਅੱਲਾ ਮਿਰਚਾਂ ਨੂੰ ਮੇਰੇ ਖਿਆਲ ਟੇਪਾਂ ਲੱਗੀਆਂ ਖੋਤੀਆਂ ਥੱਲੋਂ ਟੇਪਾਂ ਲਾਈਆਂ ਇਸ ਜਿਹੜੀਆਂ ਤੋੜੀਆਂ ਸੀ ਨਾ ਇਹਨਾਂ ਨੇ ਚੂਜ਼ਿਆਂ ਨੇ ਉਹਨੂੰ ਟੇਪਾਂ ਲਾ ਕੇ ਅਤੇ ਪੌਦਿਆਂ ਨੂੰ ਕਾਮਯਾਬ ਕਰ ਲਿਆ ਬੜਾ ਸਿਆਸਤੀ ਆਦਮੀ ਗਰਮੀ ਇੰਨੀ ਹੈ ਵੀ ਡੋਗੀ ਨਾਲ ਖੜਾ ਹੋਇਆ ਛੋਟਾ ਡੋਗੀ ਹੈ ਨਾ ਇੱਥੇ ਬਣਿਆ ਇਤਨੀ ਗਰਮੀ ਹੈ ਵੀ ਤੇਰੇ ਡੋਗੀ ਬੜੇ ਔਖੇ ਹੋ ਖੜੇ ਉਹ ਵੀ ਛਾਂ 'ਤੇ ਬੈਠਾ ਉਹਦੇ ਨਾਲ ਅਤੇ ਇਹ ਵੀ ਛਾਂ 'ਤੇ ਬੈਠਾ ਇਹਨਾਂ ਵਾਸਤੇ ਇਹਨਾਂ ਦਾ ਛੋਟਾ ਜਿਹਾ ਨਾ ਛੋਟਾ ਜਿਹਾ ਉੱਥੇ ਕੋਈ ਨੁੱਕਰ ਦੇ ਵਿੱਚ ਉਸ ਬਾਹਰਲੀ ਨੁੱਕਰ ਦੇ ਵਿੱਚ ਉੱਥੇ ਬਣਾ ਦੇ ਆ ਤਾਂ ਫਿਰ ਆਵਾ ਸਹੀ ਇਹਦੇ ਵਿੱਚ ਛੋਟੇ ਬਸ ਛੋਟੇ ਨੂੰ ਅੰਦਰ ਬਿਲਕੁਲ ਸਹੀ ਆ ਛੋਟਾ ਜਿਹੜਾ ਵਿੱਚ ਬਹਿ ਗਿਆ ਕਰੇਗਾ ਵੱਡੇ ਨੂੰ ਕੋਈ ਨਹੀਂ ਗਰਮੀ ਲੱਗਦੀ ਉਹ ਤਾਂ ਸ਼ੇਰੂ ਸੱਪ ਹੈਗਾ ਜਿੱਥੇ ਮਰਜ਼ੀ ਫਿਰਦਾ ਰਿਹਾ ਬਾਕੀ ਨੁਮਾਨ ਦਾ ਮਾਸ਼ਾਅੱਲਾ ਗਾਰਡਨ ਜਿਹੜਾ ਨਾ ਬਹੁਤ ਖੂਬਸੂਰਤ ਹੈ ਕੀ ਬਾਤ ਹੈ ਯਾਰ ਮੋਰ ਪੰਖ ਹੈ ਹਾਈਟ ਚੰਗੀ ਹੁੰਦੀ ਯਾਰ ਮੇਰੇ ਤੋਂ ਤਕਰੀਬਨ ਫੁੱਟ ਇੱਕ ਵੱਡਾ ਹੈ ਉਹੀ ਨਾ ਅਨਾਰ ਕੋਈ ਨਹੀਂ ਲੱਗੇ ਤੇਰੇ ਅਨਾਰ ਦੋ ਲੱਗੇ ਹਨ ਚਿੜੀਆਂ ਨੇ ਇੱਥੇ ਆਪਣੇ ਵਾਸਤੇ ਤੇ ਚਿੜੀਆਂ ਹੀ ਮਹਿਕਮਾ ਅਨਾਰ ਵਾਲੀਆਂ ਬਣੀਆਂ ਹੋਈਆਂ ਬਾਕੀ ਆ ਫੋਰ ਵੀ ਤੇਰਾ ਲੱਗ ਗਿਆ ਮਾਸ਼ਾਅੱਲਾ ਇੱਕ ਨਾ ਇੱਕ ਕਲਰ ਦਾ ਹੋ ਗਿਆ ਤਿੰਨ ਚਾਰ ਕਲਰ ਨੇ ਨਾ ਚਾਰ ਨੇ ਚਲੋ ਖਿਲਦੇ ਰਹਿਣਗੇ ਦੇਖਦੇ ਰਹਾਂਗੇ ਵਾਰੀ ਵਾਰੀ ਜ਼ਿਆਦਾ ਲੈ ਲੈਣੇ ਉਹ ਜੇ ਤਿੰਨ ਚਾਰ ਬੂਟੇ ਲੈ ਹੁੰਦੇ ਬੜੇ ਆ ਮਾਸ਼ਾਅੱਲਾ ਕਿੰਨਾ ਖੂਬਸੂਰਤ ਚਾਰ ਪੰਜ ਹੀ ਹੋਣ ਬਸ ਬੜੇ ਨੇ ਬਾਕੀ ਹੋਰ ਫਲਦਾਰ ਪੌਦੇ ਲਾਓ ਜਿਵੇਂ ਲੀਮੂ ਦਾ ਲਾਇਆ ਤੇ ਉਹ ਲਾਇਆ ਮਿੱਠਿਆਂ ਦਾ ਤੇਰੀ ਆ ਇਤਨਾ ਤੇਰਾ ਜਿਹੜਾ ਹੈ ਨਾ ਇਹ ਚਲਾ ਜਾਣਾ ਇਹ ਪਾਰਕ ਇਤਨਾ ਤੇਰਾ ਚਲਾ ਜਾਣਾ ਚਾਹੇ ਇੱਥੇ ਕਿਚਨ ਹੋਇਆ ਤੇ ਚਾਹੇ ਇੱਥੇ ਵਾਸ਼ਰੂਮ ਹੋਇਆ ਹਾਂ ਅੱਲਾ ਖੈਰ ਕਰੇਗਾ ਬਾਕੀ ਜਗ੍ਹਾ ਠੀਕ ਹੋ ਜਾਵੇਗੀ ਬਾਕੀ ਮੈਂ ਵੀ ਹੁਣ ਚੱਲਣਾ ਤੈਨੂੰ ਪਤਾ ਪਿੱਛੋਂ ਫੋਨ ਆਈ ਜਾਂਦੇ ਨੇ ਅਤੇ ਬਾਕੀ ਅੱਲਾ ਖੈਰ ਕਰੇਗਾ ਇਨਸ਼ਾਅੱਲਾ ਪਰੇਸ਼ਾਨ ਨਾ ਹੋਇਆ ਕਰ ਜੇ ਤੇਰੀ ਪਰੇਸ਼ਾਨੀ ਬਣ ਜਾਂਦੀ ਕਹਿੰਦਾ ਹੁਣ ਉਸਤਾਦ ਕੀ ਕਰਾਂ ਮਖਾਂ ਕੀ ਹੋਇਆ ਕਹਿੰਦਾ ਚਾਰ ਦਾ ਰੇਟ ਵੀ ਲੱਗਣੀ ਹੈ ਹਾਂ ਜਿਵੇਂ ਗੱਲ ਅੰਦਰ ਕੀਤੀ ਕਹਿੰਦਾ ਚਾਰ ਦਾ ਕਹਿ ਰਿਹਾ ਇੱਟ ਵੀ ਲੱਗਣੀ ਉੱਤੇ ਹਾਂ 3.5 ਲੱਖ ਦਾ 4 ਲੱਖ ਦਾ ਕਹਿੰਦਾ ਉੱਤੇ ਸਮਾਨ ਆਉਣਾ ਮੈਂ ਕਿਹਾ ਇਸ ਤਰ੍ਹਾਂ ਹੁੰਦਾ ਰਹੇਗਾ ਫਿਰ ਹੁਣ ਜਿਸ ਤਰ੍ਹਾਂ ਪਹਿਲੇ ਆਇਆ ਅਰੇਂਜ ਹੋ ਗਿਆ ਅੱਲਾ ਪਾ ਕੇ ਇਵੇਂ ਹੀ ਸਬਬ ਬਣਾਵੇਗਾ ਚੈਨਲ ਜ਼ਿਆਦਾ ਗਰੋਥ ਕਰੇਗਾ ਅਤੇ ਜ਼ਿਆਦਾ ਤਨਖਾਹ ਆਵੇਗੀ ਮਾਸ਼ਾਅੱਲਾ ਹਾਂ 2 ਮਹੀਨਿਆਂ ਦੀ 4 ਲੱਖ ਵੀ ਆ ਸਕਦੀ ਕੀ ਪਤਾ ਲੱਗਦਾ ਸਹੀ ਗੱਲ ਅੱਲਾ ਪਾ ਕੇ ਦੇਵੇ 1 ਲੱਖ ਨਿਕਲਦਾ ਰਹੇਗਾ ਤੇ ਬਾਕੀ ਜਿਹੜਾ ਚੈਨਲ ਦੀ ਉਹ ਪ੍ਰੋਪਰ ਮਤਲਬ ਇੱਕ ਸਾਈਟ ਬਣ ਰੱਖ ਕੇ ਕਰ ਸਕਦਾ ਕੰਮ ਕਰੇਗਾ ਸਾਰੇ ਕੰਮ ਹੋ ਜਾਣਗੇ ਮਾਸ਼ਾਅੱਲਾ ਇਤਨੇ ਤਿੱਕਰ ਨਕਸ਼ਾ ਤੁਹਾਨੂੰ ਬਣ ਗਿਆ ਨੇ ਇਹ ਆਪਾਂ ਨੂੰ ਪਤਾ ਉਸਾਰਨਾ ਉੱਤੋਂ ਛੱਤ ਪਾਣੀ ਬਸ ਇਹ ਗੱਲ ਬਾਕੀ ਆ ਮਿੱਟੀ ਸੱਟ ਕੇ ਨਾ ਤੇ ਇਹਦਾ ਜਿਹੜਾ ਗੈਪ ਹੈ ਨਾ ਬਾਰਿਸ਼ਾਂ ਦਾ ਕੋਈ ਨਹੀਂ ਪਤਾ ਆ ਦੇਖਿਆ ਨਾ ਕਿਤਨਾ ਨੀਵਾਂ ਹਾਂ ਕਿਤਨੀ ਨੀਵੀਂ ਇਹਦੇ ਬਰਾਬਰ ਕਰਕੇ ਤੇ ਇੱਥੋਂ ਕੱਢ ਲਾ ਮੋਰਾ ਜਾਂ ਇਹਨੂੰ ਬਾਹਰ ਦੀ ਕੱਢ ਦੇ ਪਾਣੀ ਨੂੰ ਵੀ ਇੱਥੋਂ ਹੀ ਨਿਕਲ ਜਾਵੇ ਹਾਂ ਇਹਨਾਂ ਦੋਵਾਂ ਕਮਰਿਆਂ ਦਾ ਬਾਹਰ ਦੀ ਮਤਲਬ ਡਾਲ ਹੋਵੇ ਵੀ ਅੰਦਰ ਜਾਵੇ ਪਾਣੀ ਵੀ ਨੀਹਾਂ ਦੇ ਵਿੱਚ ਨਾ ਬਣਿਆ ਕਿਉਂਕਿ ਉਹ ਪਰਾਂ ਵੀ ਗਿਆ ਤਾਂ ਵੀ ਬਾਈ ਨੂੰ ਨੁਕਸਾਨ ਤਾਂ ਤੇਰਾ ਹੀ ਨੁਕਸਾਨ ਹਾਂ ਪਹਿਲੇ ਦੋ ਤਿੰਨ ਟਰਾਲੀ ਸਟਾਲ ਆ 2 ਟਰਾਲੀਆਂ ਬੜੀਆਂ ਨੇ ਮਿੱਟੀ ਦੀਆਂ ਹਾਂ ਨਹੀਂ ਮਿੱਟੀ ਵਿੱਚ ਹੁਣ ਸਟਾਈ ਫੇਰ ਕਰਨੀ ਪਉਣੀ ਬਾਹਰ ਮਿੱਟੀ ਉਹ ਕਿਉਂ ਰੋੜੀ ਪੈਣੀ ਆ ਵਿੱਚ
चलो इथो इंज करी ना इत कट दी बारो बार निकल जाओ सही है बेहतरीन हो गया सही है चलो सही है चलो इंशाल्लाह ठीक है मैं चलना है बाकी मैं तो दुकान ते जाऊ सी लेकिन मैं वीडियो एंड कर लेने इजाज भाई वास्ते मुकम्मल दुआ करनी पैना भाइया ने क्यों कहता तमीराती काम जेड़ा ना बिलकुल पाए तकमील ते पहुंच जावे क्योंकि इनकी परेशानी दूर हो जाए क्योंकि परेशानी यही है भी बारिशा ना आवन बारिशा का बड़ा मसला हकीकत बनता है ना सा इतनी बारिशा दी पिछले दिन देखते दे रहे मतलब मेरा जो घर तमीर आंदा रहा बारिशा आदि रही तिने से तंग दलील हो हाथ साहब को हाँ अल्लाह पाक करम करेगा इंशाला ते तमाम बहना भाइयों चाहिए कि साडे वास्ते दुआ की करो जिस तरह असी के तुहाडे वास्ते दुआव करने हर टाइम क्योंकि तुसी ना हो एक तुसी साडे फैमिली मेंबर हो माशाल्लाह ते अल्लाह पाक तुहाडे ते भी फजल करम करे ते साडे ते भी इजाजत चाहने अल्लाह हाफिज़ अल्लाह निगेबान।